ਪਪੀਤਾ ਖਾਂਦੇ ਨੂੰ ਦੇਖ ਗੋਰੀ ਏਜੰਟ ਕੋਲ ਆ ਗਈ ਤੇ ਕਾਲੀ ਬੀਜਾਂ ਨੂੰ ਹੈਰਾਨੀ ਨਾਲ ਵੇਖਣ ਲੱਗੀ ਅਜੀ ਕੋਈ ਦੱਸਣ ਹੀ ਲੱਗਾ ਸਾ ਕਿ ਕੋਲ ਖਲੋਤਾ ਚੀਨੀ ਸਾਥੀ ਦੱਸਣ ਲੱਗਾ ਕਿ ਜੇ ਇਹਨਾਂ ਕਾਲੀ ਬੀਜਾਂ ਨੂੰ ਸੁਕਾ ਕੇ ਪੀਸ ਲਿਆ ਜਾਵੇ ਤਾਂ ਇਸ ਤੇ ਅਣਗਿਣਤ ਫਾਇਦੇ ਹੋ ਸਕਦੇ ਹਨ ਸ਼ਾਇਦ ਅੱਖਾਂ ਦੀ ਐਨਕ ਤੱਕ ਉਤਰ ਜਾਂਦੀ ਮੈਂ ਪੁੱਛਿਆ ਇਹ ਟੋਟਕਾ ਕਿਸ ਨੇ ਦੱਸਿਆ ਅੱਖ ਲਗਾ ਕੇ ਚੀਨ ਵਿੱਚ ਕਿਸੇ ਵੇਲੇ ਦੂਰ ਦਰਾਡੇ ਪਿੰਡ ਵਿੱਚ ਰਹਿੰਦੀ ਦਾਦੀ ਕੋਲ ਐਨਾ ਕੁਦਰਤੀ ਟੋਟਕਿਆਂ ਦਾ ਵੱਡਾ ਖਜ਼ਾਨਾ ਸੀ ਹਮੇਸ਼ਾ ਦੱਸਦੀ ਹੁੰਦੀ ਸੀ ਕਿ ਕੁਦਰਤ ਨੇ ਰੁੱਖਾਂ ਪੱਤਿਆਂ ਛਿਲੜਾਂ ਜੜਾਂ ਤੇ ਬੀਜਾਂ ਵਿੱਚ ਇਨਸਾਨੀ ਬਿਮਾਰੀਆਂ ਦੇ ਤਕਰੀਬਨ ਸਾਰੇ ਇਲਾਜ ਲੁਕੋਏ ਹੋਏ ਨੇ ਤਾਂ ਹੀ ਸ਼ਾਇਦ ਵੱਡੇ-ਵਡੇਰੇ ਕਦੀ ਛੇਤੀ ਕਿਤੇ ਬਿਮਾਰ ਨਹੀਂ ਸਨ ਪੈਂਦੇ ਦਾਦੀ ਦਾ ਜ਼ਿਕਰ ਹੁੰਦਿਆਂ ਹੀ ਕੋਲ ਖਲੋਤੀ ਗੋਰੀ ਵੀ ਬੋਲ ਪਈ ਕਿ ਉਸਦੀ ਦਾਦੀ ਵੀ ਜਦੋਂ ਵੀ ਉਹਨਾਂ ਨੂੰ ਨਿੱਕੀ ਹੁੰਦਿਆਂ ਗ੍ਰੋਸਰੀ ਲਈ ਲੈ ਕੇ ਜਾਂਦੀ ਹੁੰਦੀ ਸੀ ਤਾਂ ਘਰੋਂ ਪੂਰੀ ਤਰ੍ਹਾਂ ਰਜਾ ਕੇ ਨਾਲ ਤੋਰਦੀ ਹੁੰਦੀ ਸੀ ਕਿ ਕੁਛ ਤਾਂ ਮੰਨਣਾ ਸੀ ਕਿ ਭੁੱਖੇ ਟਿਢ ਬਿਨਾਂ ਵਜ੍ਹਾ ਹੀ ਵਾਧੂ ਦੀ ਗਰੋਸਰੀ ਖਰੀਦੀ ਜਾਂਦੀ ਜਿਹੜੀ ਮੁੜ ਕੇ ਗਾਰਬੇਜ ਵਿੱਚ ਸਿੱਟਣੀ ਪੈਂਦੀ ਏ ਤੇ ਕੁਦਰਤ ਦੁਆਰਾ ਪੈਦਾ ਕੀਤੀ ਕੀਮਤੀ ਸਮਾਨ ਅਜਾਈਂ ਚਲਾ ਜਾਂਦਾ ਏ ਮੈਨੂੰ ਇਹ ਨਾਲ ਲੱਗਦਿਆ ਆਪਣੀ ਨਾਨੀ ਚੇਤੇ ਆ ਗਈ ਜਿਹੜੀ ਨਾ ਤਾਂ ਕਦੀ ਫੁੱਲੀ ਰੋਟੀ ਦਾ ਪਰਦਾ ਪਾੜਨ ਦਿੰਦੀ ਹੁੰਦੀ ਸੀ ਤੇ ਨਾ ਹੀ ਕਦੇ ਵਾਧੂ ਰੋਟੀ ਕੂੜੇ ਵਿੱਚ ਸਿੱਟਣ ਦਿੰਦੀ ਸੀ ਕੋੜਾ ਸੱਚ ਐ ਵੇ ਕਿ ਪੁਰਾਣੇ ਲੋਕ ਕੁਦਰਤੀ ਨਿਜਮਾਂ ਦੀ ਦਿਲੋਂ ਜਾਣ ਤੋਂ ਕਦਰ ਕਰਿਆ ਕਰਦੇ ਸਨ ਤੇ ਬਦਲੇ ਵਿੱਚ ਕੁਦਰਤ ਉਹਨਾਂ ਨੂੰ ਹਰ ਦੁੱਖ ਸੁੱਖ ਵੇਲੇ ਹੱਥਾਂ 'ਚ ਚੁੱਕੀ ਫਿਰਦੀ ਸੀ ਤੇ ਹੁਣ ਸ਼ਾਇਦ ਕੁਦਰਤ ਨੂੰ ਜੁੱਤੀ ਦੀ ਨੋਕ ਤੇ ਰੱਖਣਾ ਫੈਸ਼ਨ ਜਿਹਾ ਹੋ ਗਿਆ ਏ ਤੇ ਐਸੇ ਲਈ ਸ਼ਾਇਦ 20-20 ਸਾਲਾਂ ਦੇ ਮੁਸ਼ਕੁਟ ਦਿਲ ਦੇ ਦੌਰਿਆਂ ਰਈ ਮੌਤ ਦੇ ਮੂਹਰ ਤੁਰੇ ਜਾ ਰਹੇ ਹਨ ਖੈਰ ਅੱਜ ਦਾ ਦਿਨ ਦਾਦੀਆਂ ਨਾਨੀਆਂ ਦੇ ਨਾਮ ਰਿਆ ਤੇ ਸਾਰੇ ਦੇ ਸਾਰੇ ਦਿਨ ਦਾ ਸੰਖੇਪ ਜਾਂ ਨਚੋੜ ਕਦੀ ਵੀ ਭੁੱਖੇ ਟਿੱਡ ਕਰ ਲਈ ਗਰੋਸਰੀ ਲੈਂਡ ਨਾ ਨਿਕਲੋ ਲਿਖਤ ਹਰਪ੍ਰੀਤ ਸਿੰਘ ਜਵੰਦਾ ਆਵਾਜ਼ ਜਾਸ਼ੀਨਾ ਫਿਰ ਮਿਲਦੇ ਆ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ